ਇਹ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੈ। ਪੰਜਾਂ ਤੱਤਾਂ ਦੇ ਪੰਜ ਗੁਣ ਨੇ, ਪੰਜ ਤੱਤ ਨੇ, ਅਪ ਤੇਜ ਬਾਏ ਪ੍ਰਿਥਵੀ ਆਕਾਸਾ, ਆ ਧਰਤੀ, ਆ ਪਾਣੀ, ਅੱਗ, ਹਵਾ, ਆਕਾਸ਼ ਆਦਿਕ, ਇਹ ਪੰਜਾਂ ਤੱਤਾਂ ਦਾ ਤਨ ਹੈ। ਅਤੇ ਇਕੱਲਾ ਤਨ ਹੀ ਨਹੀਂ, ਮਹਾਰਾਜ ਜੀ ਦਾ ਇੱਕ ਸ਼ਬਦ ਹੈ, ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ। ਜੇ ਤਨ ਪੰਜਾਂ ਤੱਤਾਂ ਦਾ ਹੈ ਅਤੇ ਗੁਰਦੇਵ ਦਾ ਇੱਕ ਬਚਨ ਹੈ, ਦੂਸਰਾ ਬਚਾ ਹੈ ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਪੰਜ ਤੱਤ ਨੇ ਬੜਾ ਸੌਖਾ ਸਮਝਾਂਗੇ ਮਨ ਕਿਵੇਂ ਛੁੱਟ ਗਿਆ। ਪੰਜ ਤੱਤ ਨੇ ਮੈਂ ਕਿਹਾ ਪਾਣੀ, ਅਪ ਤੇਜ ਬਾਏ ਪ੍ਰਿਥਵੀ ਆਕਾਸਾ, ਅਪ ਦਾ ਅਰਥ ਹੈ ਪਾਣੀ, ਤੇਜ ਦਾ ਅਰਥ ਹੈ ਅੱਗ, ਬਾਏ ਦਾ ਅਰਥ ਹੈ ਵਾਯੂ ਪਵਨ, ਅੱਗੇ ਧਰਤੀ, ਮਿੱਟੀ ਅਤੇ ਆਕਾਸ਼। ਇਹਨਾਂ ਪੰਜਾਂ ਤੱਤਾਂ ਦੇ ਇਸ ਪਲੈਨਟ ਵਿੱਚ ਇਹਨਾਂ ਪੰਜਾਂ ਤੱਤਾਂ ਦੇ ਅੱਗੇ ਪੰਜ ਗੁਣ ਨੇ, ਸ਼ਬਦ, ਸਪਰਸ਼, ਰਸ, ਰੂਪ ਅਤੇ ਗੰਧ। ਫਿਰ ਸੁਣਿਓ ਗੁਰਮੁਖੋ, ਇਹ ਕੋਈ ਸ਼ਬਦ ਮੈਂ ਕੋਈ ਉਹ ਉੱਤੋਂ ਨਹੀਂ ਕਹਿ ਰਿਹਾ, ਇਹ ਸਾਰੇ ਗੁਰਬਾਣੀ ਵਿੱਚ ਨੇ, ਸ਼ਬਦ, ਸਪਰਸ਼, ਰਸ, ਰੂਪ ਅਤੇ ਗੰਧ। ਹੁਣ ਇਹ ਜਿਹੜੇ ਪੰਜਾਂ ਤੱਤਾਂ ਦੇ ਬਾਹਰ ਦੇ ਗੁਣ ਨੇ ਅਤੇ ਜਿਹੜੇ ਪੰਜ ਤੱਤ ਨਾਲ ਇਹ ਪੁਤਲਾ ਬਣਿਆ ਹੈ, ਇਹਨਾਂ ਪੰਜਾਂ ਗੁਣਾਂ ਨੂੰ ਜਾਣਨ ਵਾਲੇ ਸਾਡੇ ਸਰੀਰ ਦੇ ਪੰਜ ਗਿਆਨ ਇੰਦਰੇ ਨੇ। ਉਹਨਾਂ ਗਿਆਨ ਇੰਦਰੀਆਂ ਵਿੱਚ ਜਿਹੜਾ ਪਾਣੀ ਦਾ ਗੁਣ ਹੈ ਉਹ ਰਸ ਹੈ, ਅਤੇ ਪਾਣੀ ਦੇ ਰਸ ਨੂੰ ਜਾਣਨ ਵਾਲਾ ਜਿਹੜਾ ਰੱਬ ਨੇ ਇੰਦਰਾ ਬਣਾਇਆ, ਇਕੱਲਾ ਸਿੱਖ ਦਾ ਨਹੀਂ, ਹਿਊਮਨ ਬੀਂਗ, ਉਹ ਸਾਡੀ ਰਸਨਾ ਬਣਾਈ, ਜ਼ਬਾਨ ਬਣਾਈ ਹੈ, ਇਹਦੇ ਨਾਲ ਅਸੀਂ ਰਸ ਚੱਖਣੇ। ਇਹ ਇੰਦਰਾ ਪਾਣੀ ਦਾ ਹੈ, ਅਤੇ ਮੈਂ ਇੱਕ ਵਾਰ ਕਿਹਾ ਸੀ ਜੇ ਬਾਹਰੋਂ ਅੱਖਾਂ 'ਚ, ਨੱਕ 'ਚ, ਕੰਨ 'ਚੋਂ ਪਾਣੀ ਨਿਕਲਦਾ, ਅਸੀਂ ਡਾਕਟਰ ਨੂੰ ਕਹਿੰਦੇ ਹਾਂ ਮੈਂ ਬਿਮਾਰ ਲੱਗਣਾ, ਅਤੇ ਜੇ ਪਿਆਰੇ ਮੂੰਹ 'ਚੋਂ ਪਾਣੀ ਸੁੱਕ ਜਾਏ ਤਾਂ ਬੰਦਾ ਬਿਮਾਰ ਹੋ ਜਾਂਦਾ। ਇਹ ਜਿਹੜਾ ਇੰਦਰਾ ਹੈ ਇਹ ਰਸਨਾ ਪਾਣੀ ਦਾ ਇੰਦਰਾ ਹੈ। ਦੂਸਰੀ ਬੇਨਤੀ, ਤੇਜ ਅੱਗ ਹੈ, ਅੱਗ ਅਸਲ 'ਚ ਇਹਦਾ ਗੁਣ ਜਿਹੜਾ ਹੈ ਉਹ ਰੂਪ ਹੈ। ਮੇਰੀਆਂ ਤੁਹਾਡੀਆਂ ਅੱਖਾਂ ਨੇ, ਇਹ ਦੇਖਦੀਆਂ ਨਾ, ਡਾਕਟਰ ਕਹਿੰਦਾ ਇਹਨਾਂ ਦੀ ਰੋਸ਼ਨੀ ਕਾਇਮ ਹੈ, ਪਰ ਰਾਤ ਨੂੰ ਰੋਸ਼ਨੀ ਕਿੱਥੇ ਜਾਂਦੀ ਹੈ? ਹਨੇਰੇ 'ਚ ਨੌਜਵਾਨ ਬੰਦਿਆਂ ਨੂੰ ਠੁੱਡੇ ਵੱਜਦੇ ਆ, ਕਿਉਂਕਿ ਇਹਦਾ ਸੰਬੰਧ ਬਾਹਰ ਦੇ ਸੂਰਜ ਨਾਲ ਹੈ, ਤੇਜ ਨਾਲ ਹੈ, ਅੱਗ ਨਾਲ ਹੈ। ਜੇ ਬਾਹਰੋਂ ਚਾਨਣ ਦਿਸੇਗਾ ਤਾਂ ਇਸ ਚਾਨਣ ਨੇ ਕੰਮ ਕਰਨਾ, ਕਿਉਂਕਿ ਇਹ ਇੰਦਰਾ ਹੀ ਅੱਗ ਦਾ ਹੈ, ਇਹ ਅੱਗ ਤੱਤ ਦਾ ਹੈ। ਦੋ ਹੈ ਪਾਣੀ, ਪਾਣੀ ਦਾ ਗੁਣ ਰਸ, ਅਤੇ ਰਸ ਨੂੰ ਚੱਖਣ ਵਾਲੀ ਸਾਡੀ ਰਸਨਾ। ਦੂਸਰੀ ਮੈਂ ਬੇਨਤੀ ਕੀਤੀ ਅੱਗ, ਇਹ ਦੂਸਰਾ ਤੱਤ, ਇਹਦਾ ਗੁਣ ਤੇਜ, ਅਤੇ ਇਸ ਦਾ ਗਿਆਨ ਇੰਦਰਾ ਜਿਹੜੀ ਉਹ ਸਾਡੀਆਂ ਅੱਖਾਂ ਨੇ। ਅਪ ਤੇਜ ਬਾਏ, ਆ ਵਾਯੂ ਜਿਹਨੂੰ ਪਵਨ ਕਹਿੰਦੇ ਪਿਆ, ਹਵਾ, ਇਹ ਤੱਤ ਹੈ ਪਰ ਦਿਸਦੀ ਨਹੀਂ। ਇਹ ਠੰਡੀ ਤੱਤੀ ਦਾ ਉਦੋਂ ਪਤਾ ਲੱਗਦਾ ਜਦੋਂ ਸਾਡੇ ਸਰੀਰ ਨੂੰ ਸਪਰਸ਼ ਕਰਦੀ ਹੈ, ਸਾਡੇ ਸਰੀਰ ਨੂੰ ਜਦੋਂ ਸਪਰਸ਼ ਕਰੇਗੀ ਉਦੋਂ ਪਤਾ ਲੱਗੇਗਾ। ਸਾਡੀ ਪੈਰ ਦੇ ਅੰਗੂਠੇ ਤੋਂ ਲੈ ਕੇ ਸਾਰੀ ਦੀ ਸਾਰੀ ਜਿਹੜੀ ਚਮੜੀ ਹੈ ਨਾ, ਸਕਿਨ ਕਹਿ ਲਓ, ਤੁਚਾ ਕਹਿ ਲਓ, ਇਹ ਦਰਅਸਲ ਇੰਦਰਾ ਹੈ ਹਵਾ ਦਾ, ਇਹਦੇ ਤੋਂ ਸਪਰਸ਼ ਦਾ ਪਤਾ ਲੱਗਦਾ। ਅੱਗੇ ਮੈਂ ਬੇਨਤੀ ਕਰਾਂ, ਅਪ ਤੇਜ ਬਾਏ ਪ੍ਰਿਥਵੀ, ਪ੍ਰਿਥਵੀ ਦਾ ਲਫਜ਼ੀ ਅਰਥ ਧਰਤੀ ਕਰਨੇ ਆ, ਪਰ ਇਹ ਤੱਤ ਹੈ ਮਿੱਟੀ, ਅਤੇ ਮਿੱਟੀ ਦਾ ਜਿਹੜਾ ਗੁਣ ਹੈ ਗੰਧ, ਗੰਧ, ਅਤੇ ਇਹਦਾ ਗਿਆਨ ਇੰਦਰਾ ਨੱਕ ਨੇ। ਇਸੇ ਕਰਕੇ ਪਰਮਾਤਮਾ ਨੇ ਨੱਕ ਦੀ ਜਿਹੜੀ ਬਣਤਰ ਹੈ ਉਹ ਧਰਤੀ ਵਾਲੇ ਪਾਸੇ ਬਣਾਈ ਹੈ, ਕੰਨਾਂ ਦੀ ਬਣਤਰ ਨਹੀਂ ਬਣਾਈ। ਕੰਨ ਜਿਹੜੇ ਨੇ ਉਹ ਅਸੀਂ ਖੱਬੇ ਸੱਜੇ ਬਰਾਬਰ ਜਾਣਦੇ,
ਪਰ ਨੱਕ ਧਰਤੀ ਵਾਲੇ ਇਹ ਮਿੱਟੀ ਦਾ ਗਿਆਨ ਇੰਦਰਾ ਹੈ। ਅਖੀਰ ਵਾਲਾ ਤੱਤ ਹੈ ਆਕਾਸ਼, ਆਕਾਸ਼ ਪੇਸ਼ ਕਹਿ ਲਓ। ਹੁਣ ਇਹਦਾ ਗੁਣ ਹੈ ਸ਼ਬਦ, ਮੈਂ ਬੋਲ ਰਿਹਾ ਬੜਾ ਸੌਖਾ ਜੇ, ਮੈਂ ਬੋਲ ਰਿਹਾ ਆਪ ਜੀ ਤੱਕ ਆਵਾਜ਼ ਜਾ ਰਹੀ ਹੈ, ਇਹ ਆਵਾਜ਼ ਆਕਾਸ਼ ਕਰਕੇ ਸਪੇਸ ਕਰਕੇ ਜਾ ਰਹੀ ਹੈ। ਜੇ ਮੈਂ ਬੂਹ ਮੇਰਾ ਬੰਦ ਹੋ ਜਾਏ ਜਾਂ ਕੋਈ ਗੁੰਮ ਥਾਂ ਹੋਵੇ ਉੱਥੇ ਆਵਾਜ਼ ਨਹੀਂ ਜਾਏਗੀ, ਕਿਉਂਕਿ ਸ਼ਬਦ ਜਦੋਂ ਹੈ ਹਮੇਸ਼ਾ ਆਕਾਸ਼ ਰਾਹੀਂ ਅੱਗੇ ਜਾਂਦਾ। ਸਾਡੇ ਸਾਰਿਆਂ ਕੋਲ ਫੋਨ ਨੇ, ਕੋਈ ਵਾਇਰਲੈਸ ਫੋਨ ਨੇ ਨਾ, ਇਹ ਕਿਉਂ ਚੱਲਦੇ ਪਏ ਨੇ? ਅਸਲ 'ਚ ਇਹ ਸੈਟੇਲਾਈਟ ਹੈ ਜਿਹੜਾ ਦਿਸ ਨਹੀਂ ਰਿਹਾ, ਉਹ ਆਕਾਸ਼ ਵਿੱਚ ਕੰਮ ਕਰਦਾ ਅਤੇ ਆਕਾਸ਼ ਇਹਦੇ ਵਿੱਚ ਸ਼ਬਦ ਨਿਰੰਤਰ ਚੱਲਦਾ ਅਤੇ ਸ਼ਬਦ ਵਿੱਚ ਇੰਨੀ ਕੁ ਤਾਕਤ ਹੈ, ਸੱਤ ਸਮੁੰਦਰ ਪਾਰ ਬੈਠੇ ਫੋਨ ਮਿਲਾਉਂਦੇ ਹਾਂ ਅਤੇ ਇੱਕ ਖਿੰਨ ਵਿੱਚ ਮਿਲ ਜਾਂਦਾ। ਪਿਆਰਿਓ, ਜਿਹੜਾ ਸ਼ਬਦ ਇੱਕ ਖਿੰਨ ਵਿੱਚ ਧਰਤੀ ਦੇ ਇੱਕ ਕੋਨੇ ਤੋਂ ਹਜ਼ਾਰਾਂ ਮੀਲ ਅੱਗੇ ਜਾ ਸਕਦਾ, ਅਤੇ ਜਿੱਦਾਂ ਬੰਦਾ ਗੁਰੂ ਦੇ ਸ਼ਬਦ ਨਾਲ ਜੁੜੇਗਾ ਨਾ, ਇਸ ਧਰਤੀ 'ਤੇ ਬੈਠਾ ਰੱਬ ਦੇ ਘਰ ਤੱਕ ਪਹੁੰਚ ਜਾਏਗਾ। ਇਹ ਸ਼ਬਦ ਵਿੱਚ ਤਾਕਤ ਹੈ। ਮੈਂ ਫਿਰ ਬੇਨਤੀ ਕਰਾਂ, ਪੰਜ ਤੱਤ, ਪੰਜ ਗੁਣ, ਪੰਜਾਂ ਗੁਣਾਂ ਦੇ ਪੰਜ ਗਿਆਨ ਇੰਦਰੇ, ਉਸ ਤੋਂ ਅੱਗੇ ਮਨ ਕਿੱਥੇ ਪਿਆ ਹੈ? ਅਲੋਕ ਕਹਿੰਦੇ ਨੇ ਬ੍ਰੇਨ, ਬ੍ਰੇਨ ਮਾਇੰਡ ਥੋੜ੍ਹਾ ਹੈ। ਆਪਾਂ ਕਹਾਂਗੇ ਹਾਰਟ, ਹਾਰਟ ਥੋੜ੍ਹਾ ਮਨ ਹੈ। ਉਂਝ ਗੁਰਬਾਣੀ ਮੁਤਾਬਕ ਸਾਡੇ ਇਸ ਸਰੀਰ ਦੇ ਢਾਂਚੇ ਦੇ ਅੰਦਰ ਇੱਕ ਅੰਤਕਰਨ ਹੈ ਜਿਹਨੂੰ ਮਨ, ਬੁੱਧ ਅਤੇ ਚਿੱਤ ਕਹਿੰਦੇ ਆ, ਕਿਉਂਕਿ ਅਬ ਮਨ ਛੂਟ ਗਇਓ ਸਾਧੂ ਸੰਗ ਮਿਲੇ। ਹੁਣ ਉਹ ਜਿਹੜਾ ਮਨ ਹੈ, ਦੂਜੀ ਬੁੱਧ ਹੈ, ਤੀਜੀ ਚਿੱਤ ਹੈ, ਚੌਥਾ ਹੰਕਾਰ ਹੈ, ਜਿਹਨੂੰ ਸਰਮ ਖੰਡ ਵਿੱਚ ਗੁਰੂ ਜੀ ਨੇ ਕਿਹਾ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ। ਇਹਨੂੰ ਧਿਆਨ ਨਾਲ ਸੁਣਿਓ ਥੋੜ੍ਹਾ ਜਿਹਾ। ਭਾਈ ਕਾਨ ਸਿੰਘ ਨਾਭਾ ਨੇ ਇਹ ਗੁਰਮਤ ਦਾ ਅੰਤਕਰਨ ਕਿਹਾ ਹੈ, ਸੁਰਤ ਮਤ ਮਨ ਅਤੇ ਬੁੱਧ। ਉਹਨਾਂ ਨੇ ਮਤ ਦੇ ਸ਼ਬਦ ਕੀਤੇ ਨੇ ਮਮਤਵ ਨਾਲ, ਹਉਮੈ ਦੇ ਨਾਲ, ਸੁਰਤ ਦੇ ਅਰਥ ਕੀਤੇ ਨੇ ਚਿੱਤ ਦੇ ਨਾਲ। ਇਹਦਾ ਮਤਲਬ ਸੁਰਤ ਚਿੱਤ ਹੋ ਗਿਆ, ਮਤ ਮਮਤਵ ਹੰਕਾਰ ਹੋ ਗਿਆ। ਉਸ ਤੋਂ ਅੱਗੇ ਪੜ੍ਹਨੇ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ। ਮਨ ਬੁੱਧ ਦੇ ਅਰਥ ਸੌਖੇ ਨੇ। ਮਨ ਕੀ ਹੈ? ਮਨ ਦਰਅਸਲ ਸਾਡੇ ਅੰਦਰ ਉੱਠਦੇ ਹੋਏ ਨਿਰੰਤਰ ਖਿਆਲ ਨੇ, ਉਹਨੂੰ ਵਿਚਾਰ ਕਹਿ ਲਓ, ਜੋ ਮਰਜ਼ੀ ਕਹਿ ਲਓ। ਮਨ ਫੁਰਨੇ ਪੈਦਾ ਕਰਦਾ, ਬੁੱਧੀ ਉਹਦਾ ਨਿਰੀਖਣ ਕਰਦੀ ਹੈ। ਫਿਰ ਅੱਜ ਸੁਣਿਓ, ਮੈਂ ਔਖਾ ਜਿਹਾ ਵੈਸੇ ਵਿਸ਼ਾ, ਕਿਉਂਕਿ ਪਹਿਲਾਂ ਮੇਰਾ ਮਨ ਬਣਿਆ ਸੀ ਨਾ, ਸ਼ਬਦ ਹੀ ਗਹਿਰਾ ਪੜਿਆ। ਅਬ ਮਨ ਛੁੱਟ ਗਇਓ, ਮਨ ਤਾਂ ਪਹਿਲਾਂ ਹੀ ਛੁੱਟਿਆ ਬੈਠਾ, ਉਹ ਕਿੱਥੋਂ ਛੁੱਟ ਗਿਆ? ਫਿਰ ਅਰਜ਼ ਹੈ ਕਿ ਅਸਲ 'ਚ ਮਨ ਫੁਰਨੇ ਬਣਾਉਂਦਾ, ਅਤੇ ਜਿਹੜੀ ਸਾਡੀ ਮਤ ਹੈ ਨਾ, ਇਹ ਮਤ ਇਹਦੀ ਨਿਗਰਾਨੀ ਕਰਦੀ ਹੈ, ਇਹਨੂੰ ਦੇਖਦੀ ਹੈ। ਫਿਰ ਅਰਜ਼ ਸੁਣਿਓ, ਮਨ ਬੱਚੇ ਦੀ ਤਰ੍ਹਾਂ ਹੈ, ਮਤ ਮਾਂ ਦੀ ਤਰ੍ਹਾਂ ਹੈ। ਜਿਸ ਮਾਂ ਦੀ ਬੁੱਧੀ ਭ੍ਰਿਸ਼ਟ ਜਾਏਗੀ, ਉਹ ਬੱਚੇ ਨੂੰ ਕਦੀ ਵਰਜ ਨਹੀਂ ਸਕਦੀ। ਫਿਰ ਸੁਣੋ, ਜੇ ਬੱਚਾ ਭ੍ਰਿਸ਼ਟ ਜਾਏਗਾ, ਮਾਂ ਪਵਿੱਤਰ ਹੋਵੇਗੀ, ਉਹ ਭ੍ਰਿਸ਼ਟੇ ਬੱਚੇ ਨੂੰ ਵੀ ਸਿੱਧੇ ਰਸਤੇ ਪਾ ਲਏਗੀ। ਜਿਨ੍ਹਾਂ ਬੰਦਿਆਂ ਦੀ ਮਤ ਮਾਰੀ ਜਾਏ, ਉਹਨਾਂ ਦੇ ਮਨ ਦੇ ਸੁਧਰਨ ਦਾ ਕੋਈ ਚਾਂਸ ਨਹੀਂ। ਪਿਆਰਿਓ, ਕਈ ਵਾਰੀ ਮਨ ਅਵੈੜਾ ਹੋ ਜਾਂਦਾ, ਜੇ ਮਤ ਨਿਰਮਲ ਹੋਵੇ ਤਾਂ ਉਹ ਮਨ ਨੂੰ ਡੁੱਬਣ ਨਹੀਂ ਦਿੰਦੀ। ਇਸੇ ਕਰਕੇ ਸਿੱਖਾਂ ਦੀ ਅਰਦਾਸ ਹੈ ਕਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਸਿੱਖਾਂ ਦਾ ਜਿਹੜਾ ਮਨ ਹੈ ਉਹ ਨੀਵਾਂ ਹੋਵੇ ਅਤੇ ਮਤ ਉੱਚੀ ਹੋਵੇ, ਕਿਉਂਕਿ ਮਤ ਨਿਰੀਖਣ ਕਰਦੀ ਹੈ। ਮੈਂ ਇੱਕ ਵਾਰ ਇੱਥੇ ਇੱਕ ਬੇਨਤੀ ਕੀਤੀ ਸੀ ਜੀ, ਮਨ ਬੜੇ ਫੁਰਨੇ ਬਣਾਉਂਦਾ ਹੈ ਲਗਾਤਾਰ, ਸੁੱਤਿਆਂ ਵੀ ਅਤੇ ਜਾਗਦਿਆਂ ਵੀ। ਅੱਗੇ ਮੈਂ ਬੇਨਤੀ ਕਰਨੀ ਹੈ, ਬਾਣੀ ਮਨ ਬਾਰੇ ਹੋਰ ਕੀ ਕਹਿੰਦੀ, ਛੁੱਟਦਾ ਕਿਵੇਂ ਹੈ ਮਨ? ਚੰਗੇ ਮੰਦੇ ਸਭ ਕੁਝ ਬਣਾਈ ਜਾਂਦਾ,
ਜਿਵੇਂ ਇਹ ਭਾਰਤ ਵਿੱਚ ਬੜਾ ਸੋਹਣਾ ਟੁੱਕ ਸਕਦਾ। ਇੱਕ ਕਲਰਕ ਜਿਹੜਾ ਹੈ ਉਹਦੇ ਕੋਲ, ਉਹ ਭ੍ਰਿਸ਼ਟ ਬੰਦਾ ਹੈ, ਮੈਂ ਇੱਕ ਵਾਰ ਸੁਣਾਇਆ ਸੀ, ਕਲਰਕ ਭ੍ਰਿਸ਼ਟ ਹੈ, ਉਹਨੇ ਕੋਈ ਕੰਮ ਕਰਾਉਣਾ ਅਤੇ ਆਪਣੀ ਝੂਠੀ ਫਾਈਲ, ਨਕਲੀ ਫਾਈਲ ਬੰਦਾ ਕਲਰਕ ਨੂੰ ਦੇ ਦਿੰਦਾ। ਹੁਣ ਕਲਰਕ ਉਹ ਉੱਪਰੇ ਔਫਿਸਰ ਨਾਲ ਗੰਢ ਤੁਪ ਕਰ ਲੈਂਦਾ, ਉਤਲਾ ਔਫਿਸਰ ਜਿਹਨੇ ਸਾਈਨ ਕਰਨੇ ਨੇ ਉਹ ਵੀ ਮਲੀਨ ਬੁੱਧੀ ਵਾਲਾ ਜਾਂ ਭ੍ਰਿਸ਼ਟ ਹੈ, ਉਹ ਕਦੀ ਵੀ ਕਲਰਕ ਦੀ ਫਾਈਲ ਨੂੰ ਖੋਲ੍ਹ ਕੇ ਨਹੀਂ ਪੜ੍ਹੇਗਾ। ਉਹ ਕਹੇਗਾ ਬਸ ਜੋ ਕਹੇ ਘੁੱਗੀ ਮਾਰੀ ਕਰ ਅੱਗੇ। ਪਿਆਰਿਓ, ਜੇ ਕਲਰਕ ਭ੍ਰਿਸ਼ਟ ਹੋਵੇ ਅਤੇ ਗਜ਼ਟਡ ਔਫਿਸਰ ਇਮਾਨਦਾਰ ਹੋਵੇ, ਉਹ ਫਾਈਲ ਕਹੇਗਾ ਮੈਂ ਘਰ ਲੈ ਜਾਵਾਂਗਾ, ਮੈਂ ਪੜ੍ਹਾਂਗਾ, ਚੈੱਕ ਕਰਾਂਗਾ, ਜੇ ਇਹਦੇ ਵਿੱਚ ਇਹ ਵਾਕਈ ਪਾਸ ਹੋਣ ਵਾਲੀ ਚੀਜ਼ ਹੈ ਮੈਂ ਜ਼ਰੂਰ ਸਾਈਨ ਕਰਾਂਗਾ। ਇਮਾਨਦਾਰ ਔਫਿਸਰ ਕਲਰਕ ਦੀ ਭੇਜੀ ਹੋਈ ਫਾਈਲ ਨੂੰ ਜੇ ਗਲਤ ਹੋਵੇ ਤਾਂ ਵਾਪਸ ਤੋਰ ਦਿੰਦਾ। ਪਿਆਰਿਓ, ਮਨ ਤਾਂ ਫਾਈਲਾਂ ਤਿਆਰ ਕਰਦਾ, ਜੇ ਮਤ ਮੈਲੀ ਹੋਵੇਗੀ ਨਾ ਉਹ ਮਨ ਦੇ ਸਾਰੇ ਫੁਰਨਿਆਂ 'ਤੇ ਸਾਈਨ ਕਰੀ ਜਾਏਗੀ, ਜੇ ਮਤ ਨਿਰਮਲ ਹੋਵੇਗੀ ਤਾਂ ਮਨ ਦੇ ਮਾੜੇ ਫੁਰਨਿਆਂ ਨੂੰ ਇੱਕੋ ਦਮ ਚਪੇੜ ਮਾਰ ਕੇ ਕਹੇਗੀ ਸ਼ਰਮ ਕਰ, ਤੂੰ ਗੁਰੂ ਕਾ ਸਿੱਖ ਹੈ, ਤੂੰ ਸੋਚ ਕੀ ਰਿਹਾ। ਮੈਂ ਤਾਂ ਬੇਨਤੀ ਕੀਤੀ, ਮਤ ਵਿੱਚ ਬੜੀ ਵੱਡੀ ਤਾਕਤ ਹੈ ਜੀ, ਇਸ ਕਰਕੇ ਸਿੱਖਾਂ ਦਾ ਮਨ ਨੀਵਾਂ ਅਤੇ ਮਤ ਉੱਚੀ ਕਹੀ।